ਪ੍ਰੈਕਟੀਸ਼ਨਰਸ ਐਸੋਸੀਏਸ਼ਨ ਵੱਲੋਂ ਸਰਕਾਰ ਵੱਲੋਂ ਵੱਖ-ਵੱਖ ਥਾਵਾਂ ਤੇ ਮੈਡੀਕਲ ਪ੍ਰੈਕਟੀਸ਼ਨਰਸ ਵੱਲੋਂ ਪ੍ਰੈਕਟਿਸ ਕਰਨ ਤੋਂ ਰੋਕ ਲਗਾਉਣ ਦੇ ਰੋਸ ਵਜੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅੱਗੇ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਅਤੇ ਮੈਡੀਕਲ ਪ੍ਰੈਕਟੀਸ਼ਨਰਸ ਐਸੋਸੀਏਸ਼ਨ ਵੱਲੋਂ ਸਰਕਾਰ ਦਾ ਪੁਤਲਾ ਵੀ ਸਾੜਿਆ ਗਿਆ। ਜਿਹੜਾ ਸਾਡਾ ਧਰਨਾ ਦਿੱਤਾ ਗਾ ਜੀ ਸੁਪਰੀਮ ਕੋਰਟ ਵੱਲੋਂ, ਸਾਡੇ ਜੋ ਆਰਐਮਪੀ ਡਾਕਟਰ ਨੇ ਪਿੰਡਾਂ ਵਾਲੇ, ਇਹਨਾਂ ਵਿਰੁੱਧ ਇੱਕ ਸਟੇਟਮੈਂਟ ਦਿੱਤੀ ਆ ਵੀ ਇਹਨਾਂ ਦੀਆਂ ਕਲੀਨਿਕਾਂ ਨੇ ਜਿਹੜੀਆਂ ਬੰਦ ਕਰਾਓ। ਸਰਕਾਰ ਨੇ ਕਰਾਇਆ ਕਿ ਮੋਦੀ ਸਰਕਾਰ ਦੇ ਇਹਦੇ ਵਿੱਚ ਰੋਲ ਹੈ। ਅਸੀਂ ਅੱਜ ਪੂਰੇ ਸਟੇਟ ਦੇ ਵਿੱਚ, ਅੱਜ ਸਾਡੇ ਜ਼ਿਲ੍ਹੇ ਦੀ ਵਾਰੀ ਸੀਗੀ ਅਤੇ ਅਸੀਂ ਮੋਦੀ ਦਾ ਪੁਤਲਾ ਫੂਕਿਆ ਅਤੇ ਇਸ ਦਾ ਮੰਗ ਪੱਤਰ ਅਸੀਂ ਆਪਣਾ ਡੀਸੀ ਸਾਹਿਬ ਨੂੰ ਦੇ ਰਹੇ ਹਾਂ ਤਾਂ ਕਿ ਸਾਡੀ ਜਿਹੜੀ ਆ ਜਿਹੜੀਆਂ ਮੰਗਾਂ ਨੇ ਜਾਇਜ਼ ਇਹਨਾਂ 'ਤੇ ਅਮਲ ਕੀਤਾ ਜਾਵੇ, ਸਾਡੀਆਂ ਪੂਰੀਆਂ ਕਰੀਏ। ਸਾਡੇ ਕਲੀਨਿਕ ਬੰਦ ਕਰਾ ਰਹੇ ਨੇ ਵੀ ਇਹਨਾਂ ਕੋਲ ਕੋਈ ਡਿਗਰੀ ਨਹੀਂ, ਇਹਨਾਂ ਕੋਲ ਕੋਈ ਲਾਇਸੈਂਸ ਨਹੀਂ, ਵੀ ਇਹ ਨਜਾਇਜ਼ ਬੈਠੇ ਨੇ। ਇਸ ਕਰਕੇ ਅਸੀਂ ਇਹ ਪੂਰੇ ਸਟੇਟ ਲੈਵਲ 'ਤੇ ਧਰਨਾ ਫੂਕ ਮੁਜ਼ਾਹਰੇ ਚੱਲ ਰਹੇ ਨੇ। 6 ਤਰੀਕ ਤੋਂ ਸਾਡੇ ਆਪਣੇ ਬ੍ਰਹਮਿੰਦਰ ਦੀ ਕੋਠੀ ਦਾ ਘਰੋ ਸਟਾਰਟ ਆ, ਪਰ ਆਉਣ ਵਾਲੀ ਜਿਹੜੀ 11 ਤਰੀਕ ਸਾਡਾ ਪਟਿਆਲੇ ਦਾ ਧਰਨਾ, ਉਹਦੇ ਵਿੱਚ ਅਸੀਂ ਪੂਰੇ ਹਮ ਹਮਾ ਕੇ ਸਾਰੇ ਪਹੁੰਚ। ਮੰਡੀ ਗੋਬਿੰਦਗੜ੍ਹ ਤੋਂ ਭਿੰਦਰ ਸਿੰਘ ਢਿੱਲੋਂ ਦੀ ਰਿਪੋਰਟ, ਚੈਨਲ 2।